सो किसानों के हक में उतरे ने श्रोमणी अकाली दल ते बसपा ते लगातार प्रदर्शन जारी है संसद के बाहर। हुण अगे वधांगे। सिद्धू की ताजपोशी समागम में जा रहे वर्करों की बस हादसाग्रस्त हुई जिस विच 3 लोगों की मौत हुई ते 3 दर्जन लोग जख्मी हो गए। उन्हां दा हाल जानने लई सेहत मंत्री बलबीर सिंह सिद्धू मोगा के सरकारी हस्पताल पहुंचे। उत्थे पहुंचण ते कच्चे मुलाजमां ने काली झंडिया दिखा के उन्हां दा विरोध किया। मोगा दियां तस्वीरां ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਮੈਂ ਜਿੱਥੇ ਜਿਹੜਾ ਐਕਸੀਡੈਂਟ ਹੋਇਆ ਸੀ ਬੜਾ ਵੱਡਾ ਐਕਸੀਡੈਂਟ ਹੋਇਆ ਉਹਦੇ ਚ ਸਾਡੇ 3 ਬੰਦੇ ਚਲੇ ਵੀ ਗਏ। ਬਾਕੀ ਕਿਹਨਾਂ ਨੂੰ ਬਹੁਤ ਮੇਜਰ ਜਿਹੜੇ ਫ੍ਰੈਕਚਰ ਹੋਏ ਨੇ ਉਹਨਾਂ ਸਾਰਿਆਂ ਨੂੰ ਪਤਾ ਲੈਣ ਵਾਸਤੇ ਮੈਂ ਇੱਥੇ ਆਇਆ ਸੀ। ਸੀਐਮ ਸਾਹਿਬ ਨੇ ਚਿੱਟੇ ਤੌਰ ਤੇ ਕਿਹਾ ਸੀ ਕਿ ਬਦਲੀ ਸਾਫ ਕਰਕੇ ਆਓ ਪਲੱਸ ਜਿੰਨਾ ਵੀ ਇਲਾਜ ਚਾਹੇ ਉਹ ਪ੍ਰਾਈਵੇਟ ਚ ਹੋਵੇ ਚਾਹੇ ਸਰਕਾਰੀ ਚ ਹੋਵੇ ਉਹ ਸਾਰਾ ਇਲਾਜ ਅਸੀਂ ਫ੍ਰੀ ਸਰਕਾਰ ਵੱਲੋਂ ਕਰਾ ਕੇ ਦੇਣਾ ਸਾਰੇ ਪੇਸ਼ੈਂਟਸ ਦਾ। ਜਿਹੜੇ ਪੇਸ਼ੈਂਟ ज़्यादा सीरीयस ਸੀ ਜਾਂ ਜਿੱਥੇ ਜਿਹੜੀ ਟਰਸੀ ਕੇਅਰ ਹੁੰਦੀ ਜੋ DMC ਆ ਉਹ ਸਪਾਈਨ ਦੀ ਸੀਗੀ ਤੇ ਇਦਾਂ ਹੀ ਸਪਾਈਨ ਦਾ ਉੱਥੇ ਆਪਣੇ ਅਮਨਦੀਪ ਹਸਪਤਾਲ ਵੀ ਗਏ ਨੇ ਜਾਂ ਮਲਟੀਪਲ ਫ੍ਰੈਕਚਰ ਸੀਗੇ ਉਹਨਾਂ ਸਾਰਿਆਂ ਨੂੰ ਬਾਹਰ ਕੀਤਾ ਹੈ। ਔਰ ਬਕਾਇਦਾ ਇੱਥੇ ਅਸੀਂ ਉਸ ਦਿਨ ਜਿੰਨੇ ਡਾਕਟਰ ਲਾਗੇ ਛਾਗੇ ਵੀ ਸੀਗੇ ਉਹ ਵੀ ਸਾਰੇ ਹਸਪਤਾਲ ਬੁਲਾ ਲਏ ਸੀ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਵੇ। ਫਿਰ ਜਦੋਂ ਇੰਨੇ ਇਕੱਠੇ ਪੇਸ਼ੈਂਟ ਆ ਜਾਂਦੇ ਆ ਉਦੋਂ ਇਕੱਠਿਆਂ ਨੂੰ ਹਰ ਇੱਕ ਬੰਦੇ ਨੂੰ ਪੇਨ ਬਹੁਤ ਜ਼ਿਆਦਾ ਹੋਈ ਹੁੰਦੀ ਹੈ तो उन्होंने असं उन्होंने बाइफिकेट करता भी 4-5 जगह जो फैसिलिटी लैके जाइए ताकि उत्थे सारे प्रॉपर्टी समय सिर मिले।